ਤੋ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਮੈਂ ਤੁਹਾਡਾ ਸਭ ਦਾ ਆਪਣੇ ਯੂਟਿਊਬ ਚੈਨਲ 'ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ। ਤਾਂ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਪੋਰਟੈਂਟ ਸਾਈਨ, ਸੇਫਟੀ ਚਿੰਨ੍ਹ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ। ਅਕਸਰ ਐਗਜ਼ਾਮ ਦੇ ਵਿੱਚ ਇਹਨਾਂ ਦੇ ਬਾਰੇ ਵਿੱਚ ਜਿਹੜਾ ਕੁਸ਼ਚਨ ਹੈ ਉਹ ਅਕਸਰ ਪੁੱਛਿਆ ਜਾਂਦਾ ਹੈ। ਲਾਸਟ ਟਾਈਮ ਵੀ ਇੱਕ ਕੁਸ਼ਚਨ ਜਿਹੜਾ ਸੇਫਟੀ ਸਾਈਨ ਦੇ ਵਿੱਚ ਕੁਸ਼ਚਨ ਆਇਆ ਸੀ ਲਾਸਟ ALN ਦੇ ਐਗਜ਼ਾਮ ਦੇ ਵਿੱਚ। ਅਤੇ ਇਸ ਵੀਡੀਓ ਦੇ ਵਿੱਚ ਅਸੀਂ ਜਿਹੜੇ ਸਾਰੇ ਸਾਈਨ ਹੈ, ਸੇਫਟੀ ਚਿੰਨ੍ਹ ਹੈ, ਉਹ ਅਸੀਂ ਡਿਸਕਸ ਕਰਾਂਗੇ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ, ਅਗਰ ਤੁਸੀਂ ਚੈਨਲ 'ਤੇ ਨਵੇਂ ਹੋ, ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਅਤੇ ਉਸ ਦੇ ਨਾਲ ਹੀ ਸ਼ੁਰੂ ਕਰਦੇ ਹਾਂ। ਜੋ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਕਿ ਨੰਬਰ 1 'ਤੇ ਜਿਹੜੀ ਸ਼ੇਪ ਹੈਗੀ ਹੈ ਉਹ ਸ਼ੇਪ ਹੈਗੀ ਹੈ ਜੀ ਸਰਕਲ। ਸਰਕਲ ਤੇ ਨਾਲ ਹੈਗਾ ਡਾਇਗਨਲ ਬਾਰ, ਔਰ ਇਹਦਾ ਮੀਨਿੰਗ ਦੱਸਦਾ ਹੈ ਪ੍ਰੋਬਿਟੀਸ਼ਨ, ਯਾਨੀ ਕਿ ਇਹਦਾ ਮਤਲਬ ਹੁੰਦਾ ਹੈ ਮਨਾਹੀ। ਇਹਦਾ ਮਤਲਬ ਹੁੰਦਾ ਜੀ ਮਨਾਹੀ, ਔਰ ਇਹਨੂੰ ਅਸੀਂ ਪੰਜਾਬੀ ਦੇ ਵਿੱਚ ਲਿਖ ਲੈਂਦੇ ਹਾਂ ਵਰਜਿਤ ਵੀ ਲਿਖ ਲੈਂਦੇ ਹਾਂ। ਇੱਕ ਤਾਂ ਮਨਾਹੀ ਹੋ ਗਿਆ, ਜਾਨ ਨੂੰ ਲਿਖ ਲੈਂਦੇ ਹਾਂ ਅਸੀਂ ਵਰਜਿਤ ਚਿੰਨ, ਕੀ ਲਿਖ ਲੈਂਦੇ ਹਾਂ ਇਹਨੂੰ ਅਸੀਂ ਵਰਜਿਤ ਚਿੰਨ ਹੁੰਦਾ ਹੈ। ਔਰ ਇਸਦਾ ਜਿਹੜਾ ਆਕਾਰ ਹੈ ਉਹ ਤੁਸੀਂ ਦੇਖ ਸਕਦੇ ਹੋ, ਇਸਦਾ ਜਿਹੜਾ ਆਕਾਰ ਹੈ ਉਹ ਕਿਸ ਸ਼ੇਪ ਦੇ ਵਿੱਚ ਹੋਏਗਾ। ਇਸਦਾ ਜਿਹੜਾ ਆਕਾਰ ਹੈ ਉਹ ਹੁੰਦਾ ਜੀ ਗੋਲ, ਸਰਕਲ ਦੀ ਸ਼ੇਪ ਦੇ ਵਿੱਚ, ਯਾਨੀ ਕਿ ਗੋਲ ਇਸਦਾ ਜਿਹੜਾ ਆਕਾਰ ਹੁੰਦਾ ਹੈ। ਔਰ ਬਾਰਡਰ ਤੁਸੀਂ ਦੇਖ ਸਕਦੇ ਹੋ, ਇਹਦਾ ਬਾਰਡਰ ਹੈ ਬਾਰਡਰ, ਔਰ ਇਹ ਇਹਨੂੰ ਅਸੀਂ ਕਹਿੰਦੇ ਹਾਂ ਕ੍ਰੋਸ ਬਾਰ। ਇਹਨੂੰ ਅਸੀਂ ਕੀ ਕਹਿੰਦੇ ਹਾਂ? ਕ੍ਰੋਸ ਬਾਰ। ਬਾਰਡਰ ਤੇ ਜਿਹੜਾ ਕ੍ਰੋਸ ਬਾਰ ਹੈ ਉਹ ਕਿਹੜੇ ਰੰਗ ਦਾ ਹੈਗਾ? ਲਾਲ ਰੰਗ ਦਾ। ਕਿਹੜੇ ਰੰਗ ਦਾ ਹੈਗਾ? ਰੈੱਡ, ਜਾਂ ਤੁਸੀਂ ਕਹਿ ਸਕਦੇ ਹੋ ਲਾਲ ਰੰਗ ਦਾ। ਔਰ ਇਸ ਦੇ ਉੱਪਰ ਜਿਹੜਾ ਚਿੰਨ੍ਹ ਮੈਂਸ਼ਨ ਕੀਤਾ ਗਿਆ ਹੈ, ਜਿਸ ਦੀ ਜਿਹੜੀ ਹੈ ਮਨਾਹੀ ਕੀਤੀ ਗਈ ਹੈ, ਉਹ ਇੱਕ ਸਿਗਰਟ ਦਾ ਸਾਈਨ ਤੁਸੀਂ ਲਿਖ ਸਕਦੇ ਹੋ, ਨੋ ਸਮੋਕਿੰਗ। ਇਹ ਜਿਹੜਾ ਇਹਦੇ ਵਿੱਚ ਜਿਹੜਾ ਸਾਈਨ ਬਣਾਉਣਾ ਹੈ ਉਹ ਸਾਡੇ ਕੋਲ ਵਾਈਟ ਰੰਗ ਦਾ ਹੁੰਦਾ ਹੈ, ਕਹਿ ਸਕਦੇ ਹੋ ਤੁਸੀਂ ਸਫੇਦ, ਠੀਕ ਹੈ, ਸਫੇਦ ਰੰਗ ਦਾ, ਸਫੇਦ ਰੰਗ ਦਾ, ਜਾਂ ਤੁਸੀਂ ਕਹਿ ਸਕਦੇ ਹੋ ਵਾਈਟ। ਤੋ ਐਗਜ਼ਾਮ ਦੇ ਵਿੱਚ ਇੱਕ ਤੇ ਇਹ ਪੁੱਛ ਲਿਆ ਜਾਂਦਾ ਹੈ ਕਿ ਜਿਹੜਾ ਪ੍ਰੋਬਿਟੇਸ਼ਨ, ਯਾਨੀ ਕਿ ਜਿਹੜਾ ਮਨਾਹੀ ਵਾਲਾ ਚਿੰਨ੍ਹ ਹੈ, ਵਰਜਿਤ ਚਿੰਨ੍ਹ ਹੈ, ਉਹਦੀ ਸ਼ੇਪ ਕਿੱਦਾਂ ਦੀ ਹੁੰਦੀ ਹੈ? ਗੋਲਾ ਆਕਾਰ ਦੀ ਹੁੰਦੀ ਹੈ। ਉਹਦੇ ਵਿੱਚ ਜਿਹੜੀ ਆਕ੍ਰਿਤੀ ਜਿਹੜੀ ਵਿੱਚ ਬਣੀ ਦੀ ਹੁੰਦੀ ਹੈ ਉਹ ਕਿਹਦੀ ਹੁੰਦੀ ਹੈ? ਵਾਈਟ ਰੰਗ ਦੀ। ਇਹਦਾ ਜਿਹੜਾ ਬਾਰਡਰ ਤੇ ਜਿਹੜਾ ਕ੍ਰੋਸ ਬਾਰ ਹੈ ਉਹ ਕਿਸ ਰੰਗ ਦਾ ਹੁੰਦਾ ਜੀ? ਰੈੱਡ ਰੰਗ ਦਾ। ਤੋ ਪਹਿਲਾ ਪੁਆਇੰਟ ਇਹ ਆ ਗਿਆ। ਨੰਬਰ 2 ਤੇ ਸਾਡੇ ਕੋਲ ਪੁਆਇੰਟ ਆ ਜਾਂਦਾ ਜੀ, ਨੰਬਰ 2 ਤੇ ਜਿਹੜਾ ਕਿ ਤੁਸੀਂ ਸ਼ੇਪ ਦੇਖ ਸਕਦੇ ਹੋ ਸਰਕਲ ਦੀ ਹੈ, ਤੇ ਇਹ ਸਾਈਨ ਕਿਹੜਾ ਹੈ? ਇਹ ਸਾਈਨ ਦਾ ਨਾਮ ਹੈ ਮੈਂਡੈਂਟਰੀ ਐਕਸ਼ਨ ਜਾਂ ਮੈਂਡੈਂਟਰੀ, ਜਿਸ ਦਾ ਮੀਨਿੰਗ ਹੈਗਾ ਕਿ ਆਦੇਸ਼ਾਤਮਕ ਚਿੰਨ੍ਹ, ਜਿਹਦਾ ਮੀਨਿੰਗ ਹੈਗਾ ਆ ਦੇਸ਼ ਆਤਮਕ ਚਿੰਨ੍ਹ। ਪੰਜਾਬੀ ਚ ਇਹਨੂੰ ਅਸੀਂ ਕਹਿੰਦੇ ਹਾਂ ਆਦੇਸ਼ਾਤਮਕ ਚਿੰਨ੍ਹ, ਮੈਂਡੈਂਟਰੀ ਸਾਈਨ।
ਹੁਣ ਇਹਦਾ ਜਿਹੜਾ ਕਲਰ ਹੈ ਜੀ ਉਹ ਤੁਸੀਂ ਦੇਖ ਸਕਦੇ ਹੋ, ਇਹਦਾ ਕਲਰ ਕਿਹੜਾ ਹੈਗਾ ਜੀ? ਬਲਿਊ। ਇਹਦਾ ਕਲਰ ਕਿਹੜਾ ਹੈਗਾ? ਬਲਿਊ ਕਲਰ ਹੈ। ਔਰ ਇਹਦੇ ਵਿੱਚ ਜਿਹੜੀ ਪਿਕਚਰ ਬਣੀ ਦੀ ਹੈ ਉਹ ਕਿਸ ਰੰਗ ਦੀ ਬਣੀ ਦੀ ਹੈ? ਸਫੇਦ ਰੰਗ ਦੀ, ਵਾਈਟ ਰੰਗ ਦੀ। ਤੋ ਇਹਦੇ ਵਿੱਚ ਵੀ ਆ ਸਕਦਾ ਹੈ ਕਿ ਇਹਦਾ ਜਿਹੜਾ ਆਕਾਰ ਹੈ ਉਹ ਆਕਾਰ ਕੀ ਆ ਗਿਆ ਜੀ? ਗੋਲਾ ਟਾਈਪ। ਰੰਗ, ਅਗਰ ਮੈਂਡੇਟਰੀ ਸਾਈਨ ਦੇ ਗੱਲ ਦੀ ਪੁੱਛਦਾ ਹੈ ਕਿ ਇਹਦਾ ਜਿਹੜਾ ਰੰਗ ਹੈ ਉਹ ਕਿਹੜਾ ਹੁੰਦਾ ਹੈ? ਨੀਲਾ ਰੰਗ ਹੁੰਦਾ ਹੈ। ਉਹਦੇ ਉੱਪਰ ਜਿਹੜਾ ਚਿੰਨ੍ਹ ਬਣਾਇਆ ਹੁੰਦਾ, ਹੁਣ ਜਿਸ ਤਰ੍ਹਾਂ ਇਹਦੇ ਵਿੱਚ ਜਿਹੜਾ ਐਗਜ਼ਾਮਪਲ ਦਿੱਤੀ ਹੈ, ਵੇਅਰ ਆਈ ਪ੍ਰੋਟੈਕਸ਼ਨ। ਆਈ ਪ੍ਰੋਟੈਕਸ਼ਨ ਕਰਨ ਵਾਸਤੇ ਅਸੀਂ ਇਹ ਗਲਾਸਿਸ ਜਿਹੜੇ ਹੈ ਇਹ ਪਹਿਨੇ ਦੇ ਹੈ, ਤੇ ਇਹਦੇ ਨਾਲ ਕੀ ਹੋਏਗਾ ਸਾਡੇ ਕੋਲ? ਆਈ ਪ੍ਰੋਟੈਕਸ਼ਨ। ਤੋ ਇਹ ਆ ਗਿਆ ਸਾਡੇ ਕੋਲ ਸੈਕੰਡ, ਜਾਨੀ ਕਿ ਮੈਂਡੇਟਰੀ ਸਾਈਨ ਜਿਹਨੂੰ ਅਸੀਂ ਕਹਿੰਦੇ ਹਾਂ ਆਦੇਸ਼ਾਤਮਕ ਚਿੰਨ੍ਹ। ਉਸ ਤੋਂ ਬਾਅਦ ਨੰਬਰ 3 ਤੇ ਆ ਗਿਆ, ਵੈਰੀ ਵੈਰੀ ਇੰਪੋਰਟੈਂਟ ਨੰਬਰ 3 ਤੇ ਆ ਗਿਆ ਸਾਡੇ ਕੋਲ ਵਾਰਨਿੰਗ, ਜਿਹਨੂੰ ਅਸੀਂ ਕਹਿੰਦੇ ਹਾਂ ਚਿੰਤਾ ਚਿੰਤਾਵਨੀ ਚਿੰਨ੍ਹ। ਯਾਨੀ ਕਿ ਜਿੱਥੇ ਸਾਨੂੰ ਵਾਰਨਿੰਗ ਦਿੱਤੀ ਹੁੰਦੀ ਹੈ, ਯਾਨੀ ਕਿ ਚੇਤਾਵਨੀ, ਠੀਕ ਹੈ, ਚਿੰਤਾਵਨੀ ਮੈਂ ਕਹਤਾ, ਇਹ ਆ ਜਾਏਗਾ ਵਾਰਨਿੰਗ। ਵਾਰਨਿੰਗ ਦਾ ਮਤਲਬ ਹੋ ਗਿਆ ਸਾਡੇ ਕੋਲ ਚੇਤਾਵਨੀ, ਵਾਰਨਿੰਗ ਜਿੱਥੇ ਦਿੱਤੀ ਜਾਂਦੀ ਹੈ। ਔਰ ਇਹਦੀ ਜਿਹੜਾ ਆਕਾਰ ਹੁੰਦਾ, ਆਕਾਰ ਤੁਸੀਂ ਦੇਖ ਸਕਦੇ ਹੋ, ਇਹਦਾ ਜਿਹੜਾ ਆਕਾਰ ਹੈ ਇਹਦਾ ਆਕਾਰ ਜਿਹੜਾ ਉਹ ਕਿਹਦੀ ਸ਼ੇਪ ਦੇ ਵਿੱਚ ਹੁੰਦਾ ਹੈ? ਤ੍ਰਿਭੁਜ, ਜਿਹਨੂੰ ਤੁਸੀਂ ਕਹਿ ਸਕਦੇ ਹੋ ਟ੍ਰਾਈਐਂਗਲ, ਤ੍ਰਿਭੁਜ ਜਾਂ ਟ੍ਰਾਈਐਂਗਲ ਦੀ ਸ਼ੇਪ ਵਰਗਾ ਹੁੰਦਾ ਹੈ। ਔਰ ਇਹਦਾ ਜਿਹੜਾ ਰੰਗ ਹੈ ਉਹ ਰੰਗ ਤੁਸੀਂ ਦੇਖ ਸਕਦੇ ਹੋ, ਇਹ 'ਚ ਰੰਗ ਕਿਹੜਾ ਹੈ? ਇਹਦੇ ਵਿੱਚ ਜਿਹੜਾ ਰੰਗ ਹੈ ਉਹ ਰੰਗ ਕਿਹੜਾ ਹੈਗਾ ਜੀ? ਪੀਲਾ ਰੰਗ। ਇਸ ਦੇ ਵਿੱਚ ਜਿਹੜਾ ਰੰਗ ਹੈ ਉਹ ਪੀਲਾ ਰੰਗ ਹੁੰਦਾ ਹੈ। ਔਰ ਬਾਰਡਰ ਅਤੇ ਇਹ ਤੁਸੀਂ ਦੇਖ ਸਕਦੇ, ਇਹ ਤਾਂ ਬਾਰਡਰ ਆ ਗਿਆ, ਬਾਰਡਰ ਜਿਹੜਾ ਕਾਲੇ ਰੰਗ ਦਾ ਹੈ। ਔਰ ਇਹਦੇ ਵਿੱਚ ਜਿਹੜਾ ਚਿੰਨ੍ਹ ਬਣਾਇਆ ਗਿਆ ਇਹ ਵੀ ਕਿਹੜਾ ਹੁੰਦਾ ਹੈ? ਕਾਲੇ ਰੰਗ ਦਾ। ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਚੇਤਾਵਨੀ ਸਾਈਨ ਹੈ ਇਹਦੇ ਵਿੱਚ ਜਿਹੜਾ ਬਾਹਰ ਵਾਲਾ ਬਾਰਡਰ ਅਤੇ ਇਹਦੇ ਵਿੱਚ ਜਿਹੜਾ ਚਿੰਨ੍ਹ ਬਣਾਇਆ ਹੁੰਦਾ ਹੈ, ਵਿੱਚ ਜਿਹੜਾ ਚਿੰਨ੍ਹ ਬਣਾਇਆ ਹੁੰਦਾ ਹੈ ਉਹ ਕਿਸ ਰੰਗ ਦਾ ਹੁੰਦਾ ਹੈ? ਕਾਲੇ ਰੰਗ ਦਾ ਹੁੰਦਾ ਹੈ। ਕਿਸ ਰੰਗ ਦਾ ਹੁੰਦਾ ਹੈ? ਕਾਲੇ ਰੰਗ ਦਾ। ਉਸ ਤੋਂ ਬਾਅਦ ਅਗਲਾ ਸਾਡੇ ਕੋਲ ਆ ਗਿਆ ਜਿਹੜੀ ਸ਼ੇਪ, ਤੁਸੀਂ ਦੇਖ ਸਕਦੇ ਹੋ, ਕਹਿੰਦੇ ਕਿ ਜਿਹੜੀ ਸ਼ੇਪ ਹੈ ਜਾਂ ਤਾਂ ਸਕੁਏਅਰ ਦੇ ਵਿੱਚ ਹੋਏਗੀ ਜਿਹਨੂੰ ਅਸੀਂ ਵਰਗ ਕਹਿੰਦੇ ਹਾਂ, ਜਾਂ ਇਹ ਰੈਕਟੈਂਗਲ 'ਚ ਹੋਏਗੀ ਜਿਹਨੂੰ ਅਸੀਂ ਆਯਾਤ ਕਹਿੰਦੇ ਹਾਂ। ਔਰ ਇਹਦੇ ਵਿੱਚ ਇਹਦਾ ਮੀਨਿੰਗ ਆ ਗਿਆ ਇਨਫੋਰਮੇਸ਼ਨ ਅਬਾਊਟ ਕੰਡੀਸ਼ਨ। ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਜਿਹੜੀ ਹੈ ਮਿਲਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਸੂਚਨਾ, ਇਨਫੋਰਮੇਸ਼ਨ। ਇਨਫੋਰਮੇਸ਼ਨ ਸਾਈਨ ਹੁੰਦਾ ਹੈ ਜਿਹਦੇ ਤੋਂ ਸਾਨੂੰ ਸੂਚਨਾ ਮਿਲਦੀ ਹੈ। ਔਰ ਇਹਦਾ ਜਿਹੜਾ ਰੰਗ ਹੈ ਉਹ ਤੁਸੀਂ ਦੇਖ ਸਕਦੇ ਹੋ, ਇਹਦਾ ਜਿਹੜਾ ਰੰਗ ਹੈ ਉਹ ਜਿਹੜੀ ਇਹਦੀ ਬੈਕਗ੍ਰਾਉਂਡ ਕਹਿ ਸਕਦੇ ਹੋ, ਬੈਕਗ੍ਰਾਉਂਡ ਜਿਹੜੀ ਹੈ ਉਹ ਕਿਸ ਰੰਗ ਦੀ ਹੁੰਦੀ ਹੈ? ਗ੍ਰੀਨ ਕਲਰ ਦੀ। ਜਿਹੜੀ ਬੈਕਗ੍ਰਾਉਂਡ ਹੈ ਉਹ ਕਿਸ ਰੰਗ ਦੀ ਹੁੰਦੀ ਹੈ? ਗ੍ਰੀਨ ਰੰਗ ਦੀ। ਇਹ ਸਕੁਏਅਰ ਵਿੱਚ ਵੀ ਹੋ ਸਕਦਾ ਹੈ ਤੇ ਰੈਕਟੈਂਗਲ ਸ਼ੇਪ ਦੇ ਵਿੱਚ ਵੀ ਹੁੰਦਾ ਹੈ। ਔਰ ਇਹਦੇ ਤੇ ਜਿਹੜਾ ਸਾਈਨ ਬਣਾਇਆ ਜਾਂਦਾ ਹੈ ਉਹ ਕਿਹਦਾ ਹੁੰਦਾ ਹੈ? ਉਹ ਨਿਸ਼ਾਨ ਕਿਹੜਾ ਹੁੰਦਾ? ਵਾਈਟ ਦਾ। ਜਿਹੜਾ ਇਹਦੇ ਵਿੱਚ ਚਿੰਨ੍ਹ ਬਣਾਇਆ ਜਾਂਦਾ ਹੈ, ਯਾਨੀ ਕਿ ਜਿਸ ਤਰ੍ਹਾਂ ਤੁਸੀਂ ਇਹ ਦੇਖ ਰਹੇ ਹੋ ਇਹਦੇ ਵਿੱਚ ਹੈ ਐਸਕੇਪ ਰੂਟ, ਐਸਕੇਪ ਰੂਟ ਲੈਫਟ, ਠੀਕ ਹੈ, ਐਸਕੇਪ ਰੂਟ ਲੈਫਟ। ਤੋ ਇਹ ਡਾਇਰੈਕਸ਼ਨ ਜਿਹੜੀ ਹੈ ਲੈਫਟ ਵਾਲੀ ਡਾਇਰੈਕਸ਼ਨ ਨੂੰ ਜਿਹੜਾ ਸ਼ੋ ਕਰ ਰਿਹਾ ਹੈ। ਤੋ ਇਹ ਆ ਗਿਆ ਸਾਡੇ ਕੋਲ ਇਨਫੋਰਮੇਸ਼ਨ ਸਾਈਨ, ਜਿਹਨੂੰ ਅਸੀਂ ਕਹਿੰਦੇ ਹਾਂ ਸੂਚਨਾ ਚਿੰਨ੍ਹ, ਜਿਹਨੂੰ ਅਸੀਂ ਕੀ ਕਹਿ ਦਿੰਦੇ ਹਾਂ? ਸੂਚਨਾ
ਚਿੰਨ ਜਿਹਦੇ ਤੋਂ ਸਾਨੂੰ ਸੂਚਨਾ ਮਿਲਦੀ ਹੈ, ਜਿਹਦੇ ਤੋਂ ਸਾਨੂੰ ਸੂਚਨਾ ਮਿਲਦੀ ਹੈ। ਉਸ ਤੋਂ ਬਾਅਦ ਲਾਸਟ ਜਿਹੜੀ ਸ਼ੇਪ ਹੈ, ਇਹ ਵੀ ਤੁਸੀਂ ਦੇਖ ਸਕਦੇ ਹੋ, ਸੇਮ ਹੀ ਸ਼ੇਪ ਹੈ, ਸਕੁਅਰ ਤੇ ਰੈਕਟੈਂਗਲ ਸ਼ੇਪ ਦੋਨਾਂ ਦੇ ਵਿੱਚ ਹੋ ਸਕਦਾ ਹੈ। ਔਰ ਇਹ ਜਿਹੜਾ ਮੀਨਿੰਗ ਹੈ, ਯਾਨੀ ਇਹਨੂੰ ਅਸੀਂ ਕਿੱਥੇ ਯੂਜ ਕਰਦੇ ਹਾਂ, ਫਾਇਰ ਸੇਫਟੀ ਦੇ ਲਈ, ਠੀਕ ਹੈ। ਫਾਇਰ ਹੋ ਗਿਆ ਸਾਡੇ ਕੋਲ ਅੱਗ, ਅੱਗ ਦੀ ਸੁਰੱਖਿਆ ਦੇ ਲਈ ਇਹਨੂੰ ਅਸੀਂ ਯੂਜ ਕਰਦੇ ਹਾਂ। ਇਹਦਾ ਵੀ ਜਿਹੜਾ ਬੈਕਗ੍ਰਾਉਂਡ ਹੈ ਉਹ ਰੈੱਡ ਕਲਰ ਦਾ ਹੁੰਦਾ ਹੈ, ਬੈਕਗ੍ਰਾਉਂਡ ਜਿਹੜਾ ਉਹ ਰੈੱਡ ਕਲਰ ਦਾ ਹੁੰਦਾ ਹੈ, ਔਰ ਇਹਦੇ ਉੱਪਰ ਜਿਹੜਾ ਚਿੱਤਰ ਬਣੇ ਦਾ ਹੈ ਉਹ ਕਿਹੜਾ ਹੁੰਦਾ ਹੈ, ਵਾਈਟ ਕਲਰ ਦਾ, ਯਾਨੀ ਕਿ ਸਫੇਦ ਰੰਗ ਦਾ ਜਿਹੜਾ ਬਣਿਆ ਹੁੰਦਾ ਹੈ। ਤੋ ਇਸ ਤਰ੍ਹਾਂ ਦੇ ਜਿਹੜੇ ਸੇਫਟੀ ਸਾਈਨ ਜਿਹੜੇ ਹੈ ਉਹ ਅਕਸਰ ਜਿਹੜੇ ਪੁੱਛੇ ਜਾਂਦੇ ਆ, ਉਹਨਾਂ ਦੇ ਰੰਗਾਂ ਦੇ ਬਾਰੇ ਜਿਹੜਾ ਕੁਸ਼ਚਨ ਪੁੱਛਿਆ ਜਾਂਦਾ।